ਪੰਜਾਬੀ ਰੇਡੀਓ ਯੂਐਸਏ ਸੋਨਰੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮਉਂ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ 13 ਅਕਤੂਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼ ਅਮਰੀਕਾ ਦੀਆਂ ਨਿਊਜ਼ ਮੌਸਮ ਦੇ ਬਾਰੇ ਜਾਣਕਾਰੀ ਇਕਨੋਮੀ ਦੀ ਜਾਣਕਾਰੀ ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ ਇਸ ਦੇ ਨਾਲ ਨਾਲ ਸੰਤੋਖ ਸਿੰਘ 바ਸੀ ਪਰਮਜੀਤ ਕੌਰ ਜੀ 바ਸੀ ਫਰੀਮਾਂਟ ਤੋਂ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂ ਐਸ اے ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabireadiousa.com ਤੇ ਪਹਿਲਾਂ ਚੌੜੀਆਂ ਖਬਰਾਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਹਨ ਯਮਨ ਦੇ ਵਿੱਚ ਇਰਾਨ ਨੇ ਵਾਰਸ਼ਿਪ ਭੇਜੀ ਮਾਹੌਲ ਤਣਾਹਪੂਰਨ ਬਣਿਆ ਨਿਊ ਜਰਸੀ ਗਵਰਨਮੈਂਟ ਦੇ ਉੱਤੇ ਲੱਗਿਆ 911 ਦੀ ਫੀਸ ਦੀ ਦੁਰਵਰਤੋਂ ਦਾ ਦੋਸ਼ 애ਰੀਜ਼ੋਨਾ ਦੇ ਵਿੱਚ ਪ੍ਰਿਜ਼ਨ ਮੀਲ ਸਰਵਿਸ ਐਂਟੀ ਮੈਰੀਜਨਾ ਕੈਂਪੇਨ ਨੂੰ 80000 ਡਾਲਰ ਡੋਨੇਟ ਕਰ ਰਹੀ ਹੈ 11 ਪੁਲਿਸ ਕਰਮੀਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਬੋਸਟਨ ਦੇ ਵਿੱਚ ਇੱਕ ਗਨਮੈਨ ਮਾਰਿਆ ਗਿਆ ਅਤੇ ਸੈਨੋਜ਼ੇ ਦੇ ਵਿੱਚ 111 ਦੇ ਨਜ਼ਦੀਕ ਹੋਇਆ ਹਾਦਸਾ ਤਿੰਨ ਲੋਕ ਜ਼ਖਮੀ ਡੋਨਲਡ 트੍ਰੰਪ ਦਿਨ ਪ੍ਰਤੀ ਦਿਨ ਕਾਫੀ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਜਿੱਥੇ ਕਿ ਡੋਨਲਡ 트੍ਰੰਪ ਦੇ ਤੇ ਇੱਕ ਤੋਂ ਬਾਅਦ ਇੱਕ ਹੁਣ ਊਮਨ ਐਲੋਕੇਸ਼ਨ ਲਾ ਰਹੀਆਂ ਹਨ ਜਿਨ੍ਹਾਂ ਨੇ ਕਿ ਦੱਸਿਆ ਹੈ ਕਿ ਪਾਸਟ ਦੇ ਵਿੱਚ ਕਿਸ ਤਰ੍ਹਾਂ ਡੋਨਲਡ 트੍ਰੰਪ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਹੈ ਹਾਲਾਂਕਿ ਡੋਨਲਡ 트੍ਰੰਪ ਨੇ ਅੱਜ ਸਿਨਸਨਾਟੀ ਦੇ ਵਿੱਚ ਰੈਲੀ ਦੇ ਵਿੱਚ ਕਿਹਾ ਕਿ ਡੋਨਲਡ 트੍ਰੰਪ ਦੇ ਖਿਲਾਫ ਇਹ ਸਭ ਸਾਜ਼ਿਸ਼ਾਂ ਹੈਲਰੀ ਕਲਿੰਟਨ ਦੇ ਕੈਂਪੇਨ ਦੇ ਵੱਲੋਂ ਜਾਣਬੁੱਝ ਕੇ ਕਰਵਾਈਆਂ ਜਾ ਰਹੀਆਂ ਹਨ ਅਤੇ ਗਲੋਬਲੀ ਇੱਕ ਪੂਰੀ ਕਾਂਸਪਰੇਸੀ ਚੱਲ ਰਹੀ ਹੈ ਜਿਸ ਨੂੰ ਕਿ ਹੈਲਰੀ ਕਲਿੰਟਨ ਸਪੌਂਸਰ ਰਹੀ ਹੈ ਡੋਨਲਡ 트ੰਪ ਨੇ ਇਹ ਵੀ ਕਿਹਾ ਕਿ ਇਹ ਸਭ ਕੁਝ ਹੇਲਰੀ ਕਲਿੰਟਨ ਦੀ ਮਦਦ ਕਰਨ ਦੇ ਲਈ ਹੋ ਰਿਹਾ ਹੈ ਡੋਨਲਡ 트ੰਪ ਨੇ ਕਿਹਾ ਕਿ ਕਲਿੰਟਨ ਮਸ਼ੀਨ ਹੋਣੇ ਕ ਪਾਵਰ ਸਟਰਕਚਰ ਦੇ ਸੈਂਟਰ ਦੇ ਵਿੱਚ ਆ ਚੁੱਕੀ ਹੈ ਜਿੱਥੇ ਜੋ ਵੀ ਉਸ ਦੇ ਵਿਰੁੱਧ ਬੋਲਦਾ ਹੈ ਉਸ ਨੂੰ ਰੇਸਿਸਟ ਸੈਕਸਿਸਟ ਨਾਮ ਦਾ ਥੱਪਾ ਲਾ ਦਿੱਤਾ ਜਾਂਦਾ ਹੈ ਡੋਨਲਡ 트ੰਪ ਨੇ ਕਿਹਾ ਕਿ ਉਹ ਤੁਹਾਡਾ ਕੈਰੀਅਰ ਤਬਾਹ ਕਰਨ ਦੇ ਲਈ ਤੁਹਾਡੀ ਫੈਮਿਲੀ ਤਬਾਹ ਕਰਨ ਦੇ ਲਈ ਪੂਰਾ ਜੋਰ ਲਾਉਣਗੇ ਪਰ ਉਹ ਸਭ ਝੂਠ ਬੋਲ ਰਹੇ ਹਨ ਡੋਨਲਡ 트ੰਪ ਨੇ ਆਪਣੀ ਇਹ ਸਪੀਚ ਠੀਕ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਦਿੱਤੀ ਸਪੀਚ ਤੋਂ ਬਾਅਦ ਦੇ ਜਿੱਥੇ ਕਿ ਜਿੱਥੇ ਕਿ ਮਿਸ਼ੇਲ ਓਬਾਮਾ ਨੇ ਅਮਰੀਕਨ ਔਰਤਾਂ ਨੂੰ ਡੋਨਲਡ 트੍ਰੰਪ ਦੇ ਲਈ ਵੋਟ ਨਾ ਪਾਉਂਦੀ ਅਪੀਲ ਕੀਤੀ। ਇੱਕ ਹੀ ਦਿਨ ਦੇ ਵਿੱਚ ਥੋੜੇ ਹੀ ਅੰਤਰਾਲ ਤੋਂ ਬਾਅਦ ਹੋਈਆਂ ਇਹਨਾਂ ਦੋਨਾਂ ਸਪੀਚਸ ਨੇ ਇਹ ਚੀਜ਼ ਸਾਫ਼ ਕਰ ਦਿੱਤੀ ਕਿ ਇਹ ਇਲੈਕਸ਼ਨ ਮੁੱਦਿਆਂ ਦੇ ਉੱਤੇ ਨਾ ਹੋ ਕੇ ਕੈਰੇਕਟਰ ਦੇ ਉੱਤੇ ਹੋਣ ਵਾਲਾ ਹੈ। ਜਿੱਥੇ ਕਿ ਡੋਨਲਡ 트੍ਰੰਪ ਲਗਾਤਾਰ ਹੇਲਰੀ ਕਲਿੰਟਨ ਨੂੰ ਝੂਠੀ ਅਤੇ ਅਨਟਰਸਟੀ ਦੱਸ ਰਹੇ ਹਨ। ਉਦੋਂ ਹੀ ਡੋਨਲਡ 트੍ਰੰਪ ਦੇ ਕੈਰੇਕਟਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਹਨ। ਪਰ ਮੁੱਦਿਆਂ ਦੇ ਉੱਤੇ ਦੋਨਾਂ ਹੀ ਉਮੀਦਵਾਰਾਂ ਤੋਂ ਜ਼ਿਆਦਾ ਗੱਲਬਾਤ ਸਾਹਮਣੇ ਨਹੀਂ ਆ ਰ ਨਵੀਂ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਡੋਨਲਡ 트ੰਪ ਦੇ ਸਪੋਰਟਰਜ਼ ਰਿਪੀਲ 19 ਦਾ ਨਾਰਾ ਲਾ ਰਹੇ ਹਨ ਟਵਿੱਟਰ ਦੇ ਉੱਤੇ ਇਹ ਹੈਸ਼ਟੈਗ ਕਾਫੀ ਟ੍ਰੈਂਡਿੰਗ ਟੌਪਿਕ ਬਣ ਰਿਹਾ ਹੈ ਜਿਸ ਦੇ ਵਿੱਚ ਰਿਪੀਲ 19th ਐਮੈਂਡਮੈਂਟ ਦਾ ਨਾਰਾ ਲਾਇਆ ਗਿਆ ਹੈ 19th ਐਮੈਂਡਮੈਂਟ ਦੇ ਤਹਿਤ ਅਮਰੀਕਾ ਦੇ ਵਿੱਚ ਔਮਨਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਇੱਕ ਸਰਵੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਸਿਰਫ ਪੁਰਸ਼ 2016 ਦੀਆਂ ਵੋਟਾਂ ਦੇ ਵਿੱਚ ਵੋਟ ਪਾਉਣ ਤਾਂ ਡੋਨਲਡ 트ੰਪ ਆਰਾਮ ਦੇ ਨਾਲ ਜਿੱਤ ਜਾਣਗੇ ਅਤੇ ਉਹ 350 ਤੋਂ ਵੀ ਜ਼ਿਆਦਾ ਇਲੈਕਟਰਲ ਕਾਲਜ ਦੇ ਨਾਲ ਜਿੱਤਣਗੇ ਜਿਸ ਤੋਂ ਬਾਅਦ ਦੇ ਵਿੱਚ ਰੀਪੀਲ 19th #ਸੋਸ਼ਲਮੀਡੀਆ ਦੇ ਉੱਤੇ ਪੌਪੂਲਰ ਹੋ ਗਿਆ ਅਤੇ ਡੋਨਲਡ 트੍ਰੰਪ ਦੇ ਕਈ ਸਪੋਰਟਰਸ ਇਸ ਦੇ ਲਈ ਪ੍ਰਚਾਰ ਕਰ ਰਹੇ ਹਨ ਯਮਨ ਦੇ ਵਿੱਚ ਯੂਐਸ ਨੇ ਯੂਐਸ ਦੀ ਵਾਰਸ਼ਿਪ ਤੇ ਹੋਇਆ ਮਿਜ਼ਾਈਲ ਹਮਲੇ ਦਾ ਬਦਲਾ ਲੈਂਦੇ ਹੋਏ ਯਮਨ ਦੇ ਵਿੱਚ ਕਾਉਂਟਰ ਅਟੈਕ ਕੀਤਾ ਜਿਸ ਦੇ ਵਿੱਚ ਅਮਰੀਕਨ ਮਿਜ਼ਾਈਲਾਂ ਨੇ ਕਾਫੀ ਨੁਕਸਾਨ ਯਮਨ ਦੇ ਵਿੱਚ ਵਿਦਰੋਹੀਆਂ ਨੂੰ ਪਹੁੰਚਾਇਆ ਉਸ ਤੋਂ ਬਾਅਦ ਦੇ ਵਿੱਚ ਈਰਾਨ ਨੇ ਯਮਨ ਦੇ ਵਿਰੁੱਧ ਵਿਦਰੋਹੀਆਂ ਦੀ ਮਦਦ ਦੇ ਲਈ ਆਪਣੀ ਵਾਰਸ਼ਿਪ ਉੱਥੇ ਕੱਲ ਦਿੱਤੀ ਹੈ ਇਸ ਕਰਕੇ ਪੂਰੇ ਮਿਡਲ ਈਸਟ ਦੇ ਵਿੱਚ ਇੱਕ ਵਾਰੀ ਹਾਲਾਤ ਫਿਰ ਤਣਾਅਪੂਰਨ ਬਣ ਚੁੱਕੇ ਹਨ ਯਮਨ ਨੇ ਕਿਹਾ ਹੈ ਕਿ ਯੂਐਸ ਦੀਆਂ ਹੋਈਆਂ ਇਹਨਾਂ 에ਅਰ ਸਟ੍ਰਾਈਕਸ ਤੋਂ ਬਾਅਦ ਇਹ ਚੀਜ਼ ਸਾਫ਼ ਹੋ ਜਾਂਦੀ ਹੈ ਕਿ ਯੂ ਸਾਉਦੀ ਅਰੇਬੀਆ ਦੇ ਉੱਤੇ ਸਾਉਦੀ ਅਰੇਬੀਆ ਦੀ ਮਦਦ ਯਮਨ ਦੇ ਖਿਲਾਫ ਕਰ ਰਿਹਾ ਹੈ ਇਸੇ ਦੇ ਨਾਲ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਉਹ ਕੋਸ਼ਿਸ਼ ਜਿਸ ਦੇ ਵਿੱਚ ਉਹ ਯਮਨ ਅਤੇ ਸਾਉਦੀ ਅਰੇਬੀਆ ਦੇ ਨਾਲ ਸਟ੍ਰੈਟਜੀ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਵੀ ਤੱਕਾ ਪਹੁੰਚ ਰਿਹਾ ਹੈ ਇੱਥੇ ਚਿੰਤਾਜਨਕ ਗੱਲ ਇਹ ਵੀ ਹੈ ਕਿ ਚਾਈਨਾ ਅਤੇ ਰਸ਼ੀਆ ਦੇ ਵਾਰਸ਼ਿਪ ਪਹਿਲਾਂ ਹੀ ਇਸ ਖੇਤਰ ਦੇ ਵਿੱਚ ਤਣਾਤ ਹਨ ਅਤੇ ਜੇਕਰ ਇੱਥੇ ਹਾਲਾਤ ਹੋਰ ਤਣਾਪੂਰਨ ਬਣਦੇ ਹਨ ਤਾਂ ਇਹ ਸਿੱਧੇ ਸਿੱਧੇ ਲੜਾਈ ਦੇ ਸੰਕੇਤ ਦੇਣਗੇ ਜੋ ਕਿ ਵਰਲਡ ਵਾਰ 3 ਦੇ ਵਿੱਚ ਬਦਲ ਸਕਦੀ ਹੈ ਯਮਨ ਦਾ ਰੇਬਲ 2014 ਦੇ ਵਿੱਚ ਸ਼ੁਰੂ ਹੋਇਆ ਜਦੋਂ ਵਿਦਰੋਹੀਆਂ ਨੇ ਸ਼ਾਇਇਟ ਗਰੁੱਪ ਦੇ ਵਿਦਰੋਹੀਆਂ ਨੇ ਸਰਕਾਰ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਦੇ ਵਿੱਚ ਸਾਊਦੀ ਅਰੇਬੀਆ ਨੇ ਵਿਦਰੋਹੀਆਂ ਨੂੰ ਖਤਮ ਕਰਨ ਲਈ ਲੜਾਈ ਛੇੜੀ ਜਿਸ ਦੇ ਵਿੱਚ ਯੂਐਸ ਡਾਇਰੈਕਟਲੀ ਇੰਟਰਫੇਅਰ ਨਹੀਂ ਕਰਦੇ ਹੋਏ ਸਾਊਦੀ ਅਰੇਬੀਆ ਨੂੰ ਹਥਿਆਰ ਅਤੇ ਜਹਾਜ਼ ਸਪਲਾਈ ਕਰ ਰਿਹਾ ਸੀ ਨਿਊ ਜਰਸੀ ਗਵਰਨਮੈਂਟ ਦੇ ਉੱਤੇ 911 ਦੇ ਨਾਮ ਦੇ ਉੱਤੇ ਇਕੱਠੀ ਕੀਤੀ ਗਈ ਫੀਸ ਆਪਣੇ ਦੂਸਰੇ ਬਜਟ ਬੈਲੈਂਸ ਕਰਨ ਦੇ ਲਈ ਵਰਤਨ ਦਾ ਦੋਸ਼ ਲੱਗਿਆ ਹੈ 2004 ਤੋਂ ਲੈ ਕੇ ਹੁਣ ਤੱਕ ਨਿਊ ਜਰਸੀ ਨੇ 911 ਫੀਸ ਦੇ ਤਹਿਤ 1.4 ਬਿਲੀਅਨ ਡਾਲਰ ਇਕੱਠੇ ਕੀਤੇ ਸਨ ਜਿਨ੍ਹਾਂ ਨੂੰ ਕਿ ਉਹਨਾਂ ਨੇ 911 ਸਿਸਟਮ ਨੂੰ ਹੋਰ ਬਿਹਤਰ ਕਰਨ ਦੇ ਲਈ ਵਰਤਨਾ ਸੀ ਜਿਸ ਦੇ ਵਿੱਚ ਇੱਕ ਨੈਕਸਟ ਜਨ ਟੈਕਨੋਲੋਜੀ ਦਾ ਇਸਤੇਮਾਲ ਹੋਣਾ ਸੀ ਜਿਸ ਦੇ ਕਾਰਨ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਗਏ ਪੁਲਿਸ ਆਫਸਰ ਸੈੱਲਫੋਨ ਦੇ ਉੱਤੇ ਫੋਟੋ ਅਤੇ ਵੀਡੀਓ ਦੇ ਰਾਹੀਂ ਸਹੀ ਜਗਾ ਦੇ ਉੱਤੇ ਕਿਸੇ ਵੀ ਗਨਮੈਨ ਜਾਂ ਫਿਰ ਕੋਈ ਵੀ ਮੁਸੀਬਤ ਜਿੱਥੇ ਆ ਰਹੀ ਹੈ ਉਸ ਦਾ ਪਤਾ ਲਾ ਸਕਣ ਪਰ ਸਾਹਮਣੇ ਆਈਆਂ ਰਿਪੋਰਟਸ ਤੋਂ ਪਤਾ ਚੱਲ ਰਿਹਾ ਹੈ ਕਿ 2005 ਤੋਂ ਲੈ ਕੇ 2008 ਤੱਕ ਸਟੇਟ ਨੇ ਸਿਰਫ 42 ਮਿਲੀਅਨ ਡਾਲਰ ਖਰਚੇ ਅਤੇ ਉਸ ਤੋਂ ਬਾਅਦ ਦੇ ਵਿੱਚ ਸਿਰਫ 71652 ਡਾਲਰ ਸਟੇਟ ਨੇ 911 ਦੇ ਫੀਚਰਸ ਨੂੰ ਹੋਰ ਵਧੀਆ ਕਰਨ ਦੇ ਲਈ ਵਰਤੇ ਹਨ ਅਤੇ ਬਾਕੀ ਦਾ ਪੈਸਾ ਉਹਨਾਂ ਨੇ 911 ਦੀ ਬਜਾਏ ਆਪਣੇ ਸਟੇਟ ਦੇ ਹੋਰ ਬਜਟ ਬੈਲੈਂਸ ਕਰਨ ਦੇ ਲਈ ਲਾ ਦਿੱਤਾ ਹੈ ਐਰੀਜ਼ੋਨਾ ਦੇ ਵਿੱਚ ਪ੍ਰिजन ਮੀਲ ਸਰਵਿਸ ਐਂਟੀ ਮੈਰੀਜਨਾ ਕੈਂਪੇਨ ਨੂੰ 80000 ਡਾਲਰ ਡੋਨੇਟ ਕਰ ਰਹੀ ਹੈ ਜਿੱਥੇ ਕਿ ਮੈਰੀਜਨਾ ਨੂੰ ਲੈ ਕੇ ਬਹੁਤ ਸਾਰੀ ਫੰਡਿੰਗ ਹੋ ਰਹੀ ਹੈ ਕਿ ਮੈਰੀਜਨਾ ਕੈਲੀਫੋਰਨੀਆ ਅਤੇ ਹੋਰ ਕਈ ਸਟੇਟਸ ਦੇ ਵਿੱਚ ਇਸ ਵਾਰੀ ਪ੍ਰੋਪੋਜੀਸ਼ਨ ਪਾਈ ਗਈ ਹੈ ਕਿ ਉਸ ਨੂੰ ਲੀਗਲ ਕਰ ਦਿੱਤਾ ਜਾਵੇ ਹਾਲਾਂਕਿ ਪ੍ਰिजन ਮੀਲ ਸਰਵਿਸ ਵਾਲਿਆਂ ਨੇ ਇਹ ਦਲੀਲ ਇਸ ਲਈ ਪਾਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੈਰੀਜਨਾ ਨੂੰ ਲੀਗਲ ਕਰ ਦਿੱਤਾ ਗਿਆ ਤਾਂ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਸੰਖਿਆ ਘਟ ਜਾਵੇਗੀ ਅਤੇ ਉਹਨਾਂ ਦੇ ਕੋਲ ਜੇਲ੍ਹ ਦੇ ਵਿੱਚ ਖਾਣਾ ਉਹਨੂੰ ਘੱਟ ਲੋਕ ਬਚਣਗੇ ਆਇ ਇੱਕ ਰਿਪੋਰਟ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਯੂਐਸ ਦੇ ਵਿੱਚ 88% ਮੈਰੀਜਾਨਾ ਨਾਲ ਜੁੜੀਆਂ ਅਰੈਸਟਸ ਸਮਾਲ ਟਾਈਮ ਦੇ ਲਈ ਹੁੰਦੀਆਂ ਹਨ ਅਤੇ ਜੇਕਰ ਐਰੀਜ਼ੋਨਾ ਦੇ ਵੋਟਰ ਇਸ ਪ੍ਰੋਪੋਜੀਸ਼ਨ ਨੂੰ ਜੋ ਕਿ ਪ੍ਰੋਪੋਜੀਸ਼ਨ 205 ਅਗਲੇ ਮਹੀਨੇ ਇਲੈਕਸ਼ਨ ਦੇ ਵਿੱਚ ਆਏਗੀ ਇਸ ਨੂੰ ਪਾਸ ਕਰ ਦਿੰਦੇ ਹਨ ਅਤੇ ਮੈਰੀਜਾਨਾ ਐਰੀਜ਼ੋਨਾ ਦੇ ਵਿੱਚ ਗਰੋ ਕਰਨਾ ਅਤੇ ਖਰੀਦਣਾ ਲੀਗਲ ਹੋ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਏਗਾ ਐਰੀਜ਼ੋਨਾ ਦੇ ਵਿੱਚ ਮੈਰੀਜਾਨਾ ਨੂੰ ਲੀਗਲ ਕਰ वाले कैंपेन ज्यादा फंड इकट्ठा ਨਹੀਂ ਕਰ 파ਰੇ ਅਤੇ ਉਹ ਫੰਡ ਇਕੱਠਾ ਕਰਨ ਨੂੰ ਕਾਫੀ ਸਟਰਗਲ ਕਰ ਰਹੇ ਹਨ ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਮੈਰੀਓਨਾ ਲੀਗਲ ਕਰਨ ਦੇ ਲਈ ਇਸ ਆਰਗੇਨਾਈਜੇਸ਼ਨ ਨੇ ਕਾਫੀ ਫੰਡ ਇਕੱਠਾ ਕਰ ਲਿਆ ਹੈ Boston police ਦੇ 11 ਜਵਾਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਇੱਕ ਗਨਮੈਨ ਮਾਰਿਆ ਗਿਆ। ਇਹਨਾਂ 11 ਦੇ ਵਿੱਚੋਂ ਦੋ ਪੁਲਿਸ ਆਫਸਰ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਇਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਨੇ ਬੋਡੀ ਆਰਮਰ ਪਾਇਆ ਹੋਇਆ ਸੀ ਅਤੇ ਅਸੌਲਟ ਰਾਈਫਲ ਲੈ ਕੇ ਇਸ ਨੇ ਉੱਥੇ ਕਾਫੀ ਗੋਲੀਆਂ ਚਲਾਈਆਂ। ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਕਮਿਸ਼ਨਰ ਵਿਲੀਅਮ ਇਵਾਨਜ਼ ਨੇ ਦੱਸਿਆ ਕਿ ਗਨਮੈਨ ਜਿਸ ਦਾ ਕਿ ਨਾਮ ਕਿਰਕ ਫਿਗੁਆਰਾ ਜਿਸ ਦੀ ਉਮਰ 33 ਸਾਲ ਸੀ ਉਸ ਨੇ ਪੁਲਿਸ ਆਫਸਰ ਦੇ ਉੱਤੇ ਫਾਇਰਿੰਗ 11 ਵਜੇ ਸ਼ੁਰੂ ਕਰ ਦਿੱਤੀ ਸੀ ਪੁਲਿਸ ਛੀਫ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਦੇ ਵਿੱਚ ਮਜਬੂਰੀ ਦੇ ਵਿੱਚ ਉਸ ਦੇ ਉੱਤੇ ਡੈਡਲੀ ਫੋਰਸ ਇਸਤੇਮਾਲ ਕੀਤੀ ਜਿਸ ਦੇ ਵਿੱਚ ਉਹ ਮਾਰਿਆ ਗਿਆ ਕਿਉਂਕਿ ਉਹ ਪੁਲਿਸ ਆਫਸਰ ਦੇ ਉੱਤੇ ਸਿੱਧੀਆਂ ਗੋਲੀਆਂ ਚਲਾ ਰਿਹਾ ਸੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਪੁਲਿਸ ਆਫਸਰਸ ਦੀ ਕਾਫੀ ਸਰਾਹਨਾ ਕਰਦੇ ਹਨ ਜਿਨ੍ਹਾਂ ਨੇ ਕਿ ਉੱਥੇ ਕੋਈ ਵੀ ਕੈਜ਼ੂਲਟੀ ਹੋਣ ਤੋਂ ਬਚਾਈ ਅਤੇ ਕੋਈ ਵੀ ਸਿਵਿਲियन ਜਾਂ ਫਿਰ ਪੁਲਿਸ ਆਫਸਰ ਇਸ ਹਮਲੇ ਦੇ ਵਿੱਚ ਮਾਰਿਆ ਨਹੀਂ ਗਿਆ ਸੈਨੂਦੇ ਦੇ ਵਿੱਚ 101 ਤੇ ਹੋਈ ਇੱਕ ਹਾਸੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਹਨ ਇਹ ਹਾਸਾ ਹਾਈਵੇ 87 ਦੇ ਕੋਲ ਬਰੋਕਾ ਰੋਡ ਦੇ ਉੱਤੇ ਹੋਇਆ ਜਿੱਥੇ ਕਿ ਇੱਕ ਇਕਯੂਆਰ ਐਸਯੂਵੀ ਪਲਟ ਗਈ ਜਿਸ ਦੇ ਵਿੱਚ ਦੋ ਔਰਤਾਂ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਇੱਕ ਯੂਪੀਐਸ ਟਰੱਕ ਦੇ ਵਿੱਚ ਟਕਰਾਈ ਯੂਪੀਐਸ ਟਰੱਕ ਦਾ ਡਰਾਈਵਰ ਆਪਣੇ ਆਪ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਉਹਨਾਂ ਦੋਨੋਂ ਔਰਤਾਂ ਨੂੰ ਵੀ ਹਸਪੀਟਲ ਦੇ ਵਿੱਚ ਹੁਣ ਭਰਤੀ ਕਰਵਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯੂਪੀਐਸ ਫਰੇਟ ਟਰੱਕ ਸਭ ਤੋਂ ਪਹਿਲਾਂ ਓਵਰਟਰਨ ਹੋਇਆ ਜਿਸ ਦੇ ਵਿੱਚ ਟਕਰਾ ਕੇ ਇਹ ਅਗਿਉਰਾ ਕਾਰ ਵੀ ਪਲਟੀ ਖਾ ਗਈ ਅਤੇ ਇਸ ਹਫਤੇ ਦੇ ਵਿੱਚ ਇਹ ਦੂਸਰੀ ਘਟਨਾ ਹੈ ਜਦੋਂ ਯੂਪੀਐਸ ਦਾ ਫਰੇਟ ਟਰੱਕ ਚੱਲਦਾ ਹੋਇਆ ਪਲਟ ਗਿਆ ਇਸਨ ਅਜ ਦੀਆਂ ਕੁਝ ਖਾਸ ਖਬਰਾਂ ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 68 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 60 ਡਿਗਰੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ ਇੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਰਹੇਗੀ ਸੈਕਰਮੈਂਟੋ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ ਇੱਥੇ ਵੀ ਮੀਂਹ ਪਵੇਗਾ ਯੂਬਾ ਸਿਟੀ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ ਇੱਥੇ ਵੀ ਦਿਨ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਹੋ ਜਾ ਡਿਗਰੀ ਲੋ ਟ੍ਰੇਸੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਮੋਡੇਸਟੋ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ ਇੱਥੇ ਵੀ ਮੀਂਹ ਪੈਣ ਦੀ ਸੰਭਾਵਨਾ ਪੂਰੀ ਬਣ ਚੁੱਕੀ ਹੈ ਫਰੇਜ਼ਨੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ ਮੌਸਮ ਸਾਫ਼ ਰਹੇਗਾ ਬੈਕਟਫੀਲਡ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ ਟਰੱਕੀ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ ਇੱਥੇ ਵੀ ਮੀਂ ਹੋ ਦੇ ਵਿੱਚ 56 ਡਿਗਰੀ ਹੈ ਅਤੇ ਰਾਤ ਨੂੰ 45 ਡਿਗਰੀ ਲਓ ਪੋਰਟਲੈਂਡ ਓਰੇਗਨ ਦੇ ਵਿੱਚ 60 ਡਿਗਰੀ ਹੈ ਅਤੇ ਰਾਤ ਨੂੰ 54 ਡਿਗਰੀ ਲਓ ਇੱਥੇ ਰਾਤ ਦੇ ਸਮੇਂ ਮੀਂਹ ਪਵੇਗਾ ਸੈਟਲ ਦੇ ਵਿੱਚ 58 ਡਿਗਰੀ ਹੈ ਅਤੇ ਰਾਤ ਨੂੰ 51 ਡਿਗਰੀ ਲਓ ਫਲੈਗਸਟਾਫ ਅਰੀਜ਼ੋਨਾ ਦੇ ਵਿੱਚ 69 ਡਿਗਰੀ ਹੈ ਅਤੇ ਰਾਤ ਨੂੰ 40 ਡਿਗਰੀ ਲਓ ਇੱਥੇ ਦਿਨ ਦੇ ਸਮੇਂ ਤੇਜ਼ ਹਵਾ ਚੱਲੇਗੀ ਸੌਲਟ੍ਰਿਕ ਸਿਟੀ ਯੂਟਾ ਦੇ ਵਿੱਚ 70 ਡਿਗਰੀ ਹੈ ਅਤੇ ਰਾਤ ਨੂੰ 53 ਡਿਗਰੀ ਲਓ ਸ਼ਿਕਾਗੋ ਦੇ ਵਿੱਚ ਮੌਸਮ ਸਾਫ਼ ਰਹੇਗਾ ਤਾਪਮਾਨ 60 ਡਿਗਰੀ ਹੈ ਅਤੇ ਰਾਤ ਨੂੰ 54 ਡਿਗਰੀ ਲਓ ਨਿਊਯਾਰਕ ਦੇ ਵਿੱਚ 65 ਡਿਗਰੀ ਹੈ ਅਤੇ ਰਾਤ ਨੂੰ ਟ੍ਰਾਂਟੋ ਦੇ ਵਿੱਚ 13 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ ਰਵੇਗਾ। ਵਿਨੀਪੈਗ ਦੇ ਵਿੱਚ 14 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਵੇਗਾ। ਪੰਜਾਬ ਅਮਰੀਕ ਸਰ ਦੇ ਵਿੱਚ 35 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 23 ਡਿਗਰੀ ਸੈਲਸੀਅਸ ਆਈਏ ਤੇ ਰਾਤ ਨੂੰ 17 11 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਉ ਜੋਨਜ਼ 45 ਅੰਕਾਂ ਦੀ ਗ੍ਰਾਫਟ ਦੇ ਨਾਲ 18098.94 ਤੇ ਬੰਦ ਹੋਇਆ। ਨੈਸਟੈਕ 25 ਅੰਕਾਂ ਦੀ ਗ੍ਰਾਫਟ ਦੇ ਨਾਲ 5213.33 ਤੇ ਬੰਦ ਹੋਇਆ। ਐਸ ਐਂਪੀ 6 ਅੰਕ ਦੀ ਗ੍ਰਾਫਟ ਦੇ ਨਾਲ 2132.55 ਤੇ ਬੰਦ ਹੋਇਆ। ਵਿਲਸ਼ੈਰ 5000 99 ਅੰਕਾਂ ਦੀ ਗ੍ਰਾਫਟ ਦੇ ਨਾਲ 22167.79 ਤੇ ਬੰਦ ਹੋਇਆ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅਮਰੀਕਨ 에ਅਰਲਾਈਨਸ ਦਾ ਰਿਹਾ ਜਿਸ ਦੀ ਕੀਮਤ 39.25 ਰਹੀ ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਯੂ ਐਸ ਡਾਲਰ ਦੀ ਕੀਮਤ 68.78 ਪੈਸੇ ਇੱਕ ਕੈਨੇਡੀਅਨ ਡਾਲਰ ਦੀ ਕੀਮਤਰੀ 50.63 ਪੈਸੇ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤਰੀ 81.78 ਪੈਸੇ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤਰੀ 50.74 ਪੈਸੇ ਇੱਕ ਯੂਰੋ ਦੀ ਕੀਮਤਰੀ 77.81 ਪੈਸੇ ਇੱਕ ਬਹਿਰਿਨੀ ਦਿਨਾਰ ਦੀ ਕੀਮਤਰੀ 170.10 ਪੈਸੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220 ਰੁਪਏ 68 ਪੈਸੇ ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 47 ਰੁਪਏ 61 ਪੈਸੇ ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 85 ਪੈਸੇ ਸੋਨੇ ਦਾ ਰੇਟ 1257.50 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ 17.45 ਸੈਂਟ ਪਰ ਆਉਂਸ ਰਹੀ ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬਲਟਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਇਜਾਜ਼ਤ ਦਿਓ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ info@punjabireadiousa.com ਤੇ ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੌਂਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ